ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆਹ ਵਾਲਾ ਡਿਜ਼ਾਇਨ ਬਣਾਉਣਾ ਦੱਸਣ ਲੱਗੀ ਹਾਂ। ਇਹ ਆਪਾਂ ਬੱਚਿਆਂ ਦੀ ਕੋਟੀ ਸਵੈਟਰ 'ਤੇ ਜਿਹੜਾ ਡਿਜ਼ਾਇਨ ਹੈ ਪਾ ਸਕਦੇ ਹਾਂ। ਬਹੁਤ ਹੀ ਆਸਾਨ ਤਰੀਕੇ ਨਾਲ ਡਿਜ਼ਾਇਨ ਜਿਹੜਾ ਬਣ ਕੇ ਤਿਆਰ ਹੋਇਆ ਵਾ। ਇਹਦੇ ਵਾਸਤੇ ਆਪਾਂ 6-6 ਫੰਦਿਆਂ ਦੇ ਹਿਸਾਬ ਨਾਲ ਫੰਦੇ ਪਾ ਕੇ 3 ਫੰਦੇ ਵੱਧ ਪਾਵਾਂਗੇ। ਹੁਣ ਮੈਂ ਤੁਹਾਨੂੰ ਬਣਾ ਕੇ ਦੱਸਦੀ ਆਪਾਂ ਇਹਨੂੰ ਕਿਵੇਂ ਬਣਾਉਣਾ ਵਾ। ਡਿਜ਼ਾਇਨ ਦੀ ਪਹਿਲੀ ਸਿਲਾਈ, ਪਹਿਲਾ ਫੰਦਾ ਆਪਾਂ ਇਸ ਤਰੀਕੇ ਉਣ ਲਿਆ। ਅੱਗੇ ਇੱਕ ਫੰਦਾ ਆਪਾਂ ਖਾਲੀ ਉਤਾਰਾਂਗੇ। ਆਪਣੇ ਲਈ ਧਾਗਾ ਕਰਕੇ 2 ਫੰਦੇ ਉਲਟੇ, 2 ਫੰਦਿਆਂ ਦਾ ਆਪਾਂ 1 ਫੰਦਾ ਕਰਤਾ। ਅੱਗੇ 1 ਫੰਦਾ ਉਲਟਾ, ਫਿਰ ਇਸੇ ਨੂੰ ਹੀ ਧਾਗਾ ਪਿੱਛੇ ਕਰਕੇ ਸਿੱਧਾ, ਫਿਰ ਆਪਣੇ ਲਈ ਧਾਗਾ ਕਰਕੇ ਉਲਟਾ ਫੰਦਾ, 1 'ਚੋਂ 3 ਫੰਦੇ ਕਰ ਲਏ। ਇੱਥੇ ਆਪਾਂ ਫਿਰ 2 ਫੰਦਿਆਂ ਦਾ 1 ਫੰਦਾ ਕੀਤਾ। ਪਹਿਲਾ ਫੰਦਾ ਛੱਡ ਕੇ ਅਗਲੇ ਜਿਹੜੇ 6 ਫੰਦੇ ਇਹਨਾਂ ਨੂੰ ਆਪਾਂ ਬਾਰ ਬਾਰ ਜਿਹੜਾ ਰਿਪੀਟ ਕਰਨਾ ਹੈ। 1 ਫੰਦਾ ਖਾਲੀ ਉਤਾਰਿਆ, 2 ਫੰਦਿਆਂ ਦਾ 1 ਫੰਦਾ ਉਲਟਾ, 1 ਫੰਦਾ ਉਣ ਕੇ 1 ਫੰਦਾ ਸਿੱਧਾ, ਫਿਰ 1 ਫੰਦਾ ਆਪਾਂ ਉਲਟਾ। ਇਹੀ 1 ਫੰਦੇ 'ਚੋਂ 3 ਫੰਦੇ ਬਣ ਗਏ। ਅਗਲੇ 2 ਫੰਦੇ ਆਪਾਂ ਫਿਰ ਜਿਹੜੇ ਆ ਉਲਟੇ ਬਣਾਵਾਂਗੇ, 2 ਦਾ 1 ਕਰਾਂਗੇ। ਪੂਰੀ ਸਿਲਾਈ ਜਿਹੜੀ ਮੈਂ ਇਸ ਤਰੀਕੇ ਰਿਪੀਟ ਕਰੂੰਗੀ। ਇਹ ਬੱਚਿਆਂ ਦੀ ਕੋਟੀ ਸਵੈਟਰ 'ਤੇ ਵੀ ਡਿਜ਼ਾਇਨ ਬਹੁਤ ਪਿਆਰਾ ਲੱਗਦਾ ਵਾ। ਜੇ ਆਪਾਂ ਜੈਂਟਸ ਸਵੈਟਰ ਬਣਾਉਣਾ ਵਾ ਉਹਨਾਂ 'ਤੇ ਵੀ ਇਹ ਡਿਜ਼ਾਇਨ ਜਿਹੜਾ ਬਹੁਤ ਪਿਆਰਾ ਲੱਗਦਾ ਹੈ। ਜੇ ਤੁਸੀਂ ਥੋੜ੍ਹੀ ਲਾਈਟ ਕਲਰ 'ਚ ਜੈਂਟਸ ਸਵੈਟਰ ਬਣਾਉਂਦੇ ਹੋ ਉਸ 'ਤੇ ਡਿਜ਼ਾਇਨ ਪਾ ਕੇ ਵੇਖਿਓ, ਬਹੁਤ ਪਿਆਰਾ ਬਣਦਾ ਹੈ। ਲਾਸਟ ਵਾਲਾ ਫੰਦਾ ਖਾਲੀ ਉਤਾਰ ਕੇ ਇਹਨੂੰ ਆਪਾਂ ਸਿੱਧਾ ਹੋਣ ਲਾਂਗੇ। ਹੁਣ ਆਪਾਂ ਆ ਗਏ ਡਿਜ਼ਾਇਨ ਦੀ ਦੂਸਰੀ ਸਿਲਾਈ 'ਤੇ, ਉਲਟੀ ਸਾਈਡ। ਜਿੰਨੇ ਫੰਦੇ ਆਪਣੇ ਸਾਰੇ ਆਪਾਂ ਉਲਟੇ ਉਲਟੇ ਪਾਸੇ, ਇਸ ਤਰੀਕੇ ਆਪਾਂ ਸਾਰੇ ਫੰਦੇ ਉਲਟੇ ਉਲਟੇ ਬਣਾਵਾਂਗੇ। ਜਿਹੜਾ ਫੰਦਾ ਖਾਲੀ ਉਤਾਰਿਆ ਸੀ ਉਹਨੂੰ ਵੀ ਆਪਾਂ ਇਸ ਤਰੀਕੇ ਉਲਟਾ ਬਣਾਵਾਂਗੇ। ਉਲਟੇ ਪਾਸੇ ਪੂਰੀਆਂ ਸਿਲਾਈਆਂ ਆਪਣੀਆਂ ਇਸ ਤਰੀਕੇ ਹੀ ਬਣੂਗੀਆਂ। ਹੁਣ ਆਪਾਂ ਡਿਜ਼ਾਇਨ ਦੀ ਆ ਗਏ ਤੀਸਰੀ ਸਿਲਾਈ 'ਤੇ। ਪਹਿਲਾ ਫੰਦਾ ਆਪਾਂ ਸਿੱਧਾ ਜਿਹੜਾ ਉਣ ਲਾਂਗੇ, ਇਸ ਫੰਦੇ ਨੂੰ ਆਪਾਂ ਖਾਲੀ ਉਤਾਰਾਂਗੇ। ਅੱਗੇ ਆਪਣੇ 5 ਫੰਦੇ ਸਿੱਧੇ, 1, 2, 3, 4, 5। ਫਿਰ 1 ਫੰਦਾ ਆਪਾਂ ਜਿਹੜਾ ਖਾਲੀ ਉਤਾਰ ਲਿਆ, 1, 2, 3, 4, 5, 1, 2, 3, 4, 5। ਆ ਫੰਦਾ ਖਾਲੀ ਉਤਾਰਿਆ, 5 ਫੰਦੇ ਆਪਾਂ ਸਿੱਧੇ ਹੋਣੇ। ਡਿਜ਼ਾਇਨ ਦੀ ਚੌਥੀ ਸਿਲਾਈ ਉਲਟੀ ਸਾਈਡ।
ਫੇਰ ਆਪਾਂ ਪੂਰੀ ਸਿਲਾਈ ਉਲਟੀ ਪਲੇਨ ਬਣਾਵਾਂਗੇ। ਜਿਹੜੇ ਫੰਦੇ ਖਾਲੀ ਉਤਾਰੇ ਉਹਨਾਂ ਨੂੰ ਵੀ ਆਪਾਂ ਉਲਟਾ ਉਣਾਂਗੇ। ਇਹੀ ਜਿਹੜੀਆਂ ਚਾਰ ਸਿਲਾਈਆਂ ਇਹਨਾਂ ਨੂੰ ਆਪਾਂ ਬਾਰ ਬਾਰ ਜਿਹੜਾ ਰਿਪੀਟ ਕਰਨਾ। ਹੁਣ ਇਸ ਤੋਂ ਅੱਗੇ ਫਿਰ ਡਿਜ਼ਾਇਨ ਆਪਣਾ ਬਣੂਗਾ ਜਿਵੇਂ ਆਪਾਂ ਪਹਿਲੀ ਸਿਲਾਈ 'ਚ ਬਣਾਇਆ ਵਾ। ਇਹੀ ਚਾਰ ਸਿਲਾਈਆਂ ਬਾਰ ਬਾਰ ਆਪਾਂ ਰਿਪੀਟ ਕਰਦੇ ਜਾਵਾਂਗੇ ਅਤੇ ਇੱਕ ਸ਼ਾਨਦਾਰ ਡਿਜ਼ਾਇਨ ਤਿਆਰ ਕਰਦੇ ਜਾਵਾਂਗੇ। ਇਸ ਤਰ੍ਹਾਂ ਨਵੇਂ ਨਵੇਂ ਡਿਜ਼ਾਇਨ ਸਿੱਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ।